ਨਿਊਲੀ ਮੈਰਿਡ ਅਦਾਕਾਰ ਰਣਵੀਰ ਸਿੰਘ ਨੇ ਰੱਖੀ ਇੱਕ ਪ੍ਰਾਈਵੇਟ ਪਾਰਟੀ ਜਿਸ ਵਿੱਚ ਪਹੁੰਚੇ ਡਿਜ਼ਾਈਨਰ ਮਨੀਸ਼ ਅਰੋੜਾ। ਇਸ ਦੌਰਾਨ ਮਨੀਸ਼ ਅਰੋੜਾ ਨੇ ਇਸ ਪਾਰਟੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਪੋਸਟ ਕੀਤੀਆਂ। ਮੁੰਬਈ ਦੇ ਹਾਰਡ ਰੌਕ ਕੈਫੇ ਵਿੱਚ ਲੈ ਜਾ ਰਹੇ ਸੌਂਗ ਨੂੰ ਲਾਂਚ ਕੀਤਾ ਗਿਆ। ਇਸ ਮੌਕੇ ਤੇ ਇੱਥੇ ਇਸ ਸੌਂਗ ਵਿੱਚ ਕਾਸਟ ਕੀਤੀ ਗਈ ਐਕਟ੍ਰੈਸ ਦਵਾਨੀ ਬਾਹੂਸ਼ਾਲੀ ਵੀ ਨਜ਼ਰ ਆਈ। ਤੁਹਾਨੂੰ ਦੱਸ ਦਈਏ ਕਿ ਇਸ ਸੌਂਗ ਦੇ ਲਈ ਦਵਾਨੀ ਨੇ ਆਪਣਾ ਵੇਟ ਘੱਟ ਕੀਤਾ ਹੈ। ਇਸ ਦੌਰਾਨ ਸਾਰੇ ਇਸ ਗਾਣੇ ਦੇ ਬਾਰੇ ਗੱਲਾਂ ਕਰਦੇ ਨਜ਼ਰ ਆਏ। ਅਕਸ਼ੇ ਕੁਮਾਰ, ਸ਼ੰਕਰ ਅਤੇ ਕਰਨ ਜੌਹਰ ਨੇ ਫਿਲਮ 2 ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਦੱਸਿਆ ਕਿ ਕਿਵੇਂ ਉਹਨਾਂ ਦੀ ਇਸ ਫਿਲਮ ਦੀ ਜਰਨੀ ਕਿੰਨੀ ਟਫ ਰਹੀ ਹੈ। ਬਾਲੀਵੁੱਡ ਐਕਟਰੈਸ ਮਲਾਈਕਾ ਅਰੋੜਾ ਨੇ ਸਮੁੰਦਰ ਦੇ ਵਿੱਚੋਂ ਵਿੱਚ ਸ਼ੋਅ ਸਟੋਪਰ ਬਣ ਕੇ ਰੈਂਪ ਵਾਕ ਕਰਕੇ ਆਪਣੇ ਜਲਵੇ ਬਖੇਰੇ। ਡਿਜ਼ਾਈਨਰ ਗੈਬਰੀਲਾ ਦੀ ਸ਼ੋਅ ਸਟੋਪਰ ਬਣੀ ਮਲਾਈਕਾ ਖਾਨ ਨੇ ਇਸ ਮੌਕੇ ਤੇ ਕਾਫੀ ਇੰਜੋਏ ਕੀਤਾ। ਸੰਜੇ ਕਪੂਰ ਨੂੰ ਉਹਨਾਂ ਦੀ ਪਤਨੀ ਦੇ ਨਾਲ ਵਿਜਨ, ਕਰਨ ਜੌਹਰ, ਕ੍ਰਿਤੀ ਸ਼ੈਨਨ ਨੂੰ ਜੂਹੂ ਦੇ ਇੱਕ ਰੈਸਟੋਰੈਂਟ ਵਿੱਚ ਸਪੋਰਟ ਕੀਤਾ ਗਿਆ ਜਿੱਥੇ ਸਾਰੇ ਪਾਰਟੀ ਕਰਨ ਆਏ ਹੋਏ ਸੀ। ਇੱਥੇ ਇਹਨਾਂ ਨੇ ਦੇਰ ਰਾਤ ਤੱਕ ਕਾਫੀ ਇੰਜੋਏ ਕੀਤਾ। ਖੁਸ਼ੀ ਤੇ ਬੋਨੀ ਕਪੂਰ ਨੂੰ ਸਪੋਰਟ ਕੀਤਾ ਗਿਆ ਸੰਜੇ ਕਪੂਰ ਦੇ ਘਰ। ਪ੍ਰਿਯੰਕਾ ਚੋਪੜਾ ਬਹੁਤ ਜਲਦ ਨਿੱਕ ਜੋਨਾਸ ਦੇ ਨਾਲ ਵਿਆਹ ਕਰਨ ਜਾ ਰਹੀ ਹੈ। ਇਸੇ ਦੇ ਚੱਲਦਿਆਂ ਉਹ ਵਿਦੇਸ਼ ਤੋਂ ਭਾਰਤ ਵੀ ਆ ਗਈ ਹੈ। ਜੀ ਹਾਂ, ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਾਸ ਨੂੰ ਮੁੰਬਈ ਦੇ VIP ਏਅਰਪੋਰਟ ਤੇ ਦੇਖਿਆ ਗਿਆ ਜਿੱਥੇ ਨਿੱਕ ਜੋਨਾਸ ਦੇ ਨਾਲ ਬਾਹਰ ਆ ਰਹੀ ਸੀ।